ਪੈਸਾ ਆਣਾ ਆ, ਜਿਹੜਾ ਸਟੇਟਸ ਆਣਾ ਆ, ਜਿਹੜੀ ਕਾਮਯਾਬੀ ਆਣੀ ਆ, ਉਹ ਨੋਲੇਜ ਵਿੱਚ ਘੱਟ ਤੇ ਫੀਲਿੰਗ ਨਾਲ ਜ਼ਿਆਦਾ ਆਣੀ। ਬਹੁਤ ਆਸਾਨ ਜੇ ਆਪਾਂ ਦਿਲੋਂ ਬਿਜ਼ਨਸ ਕਰਨਾ ਸ਼ੁਰੂ ਕਰ ਦਈਏ ਨਾ। ਇੱਕ ਵਾਰ ਕਹਿੰਦੇ ਮੰਦਰ ਦੇ ਬਾਹਰ ਨਾ ਛੋਟਾ ਜਿਹਾ ਬੱਚਾ, ਜੂਨ ਜੁਲਾਈ ਦੀ ਗੱਲ ਆ, ਛੋਟਾ ਜਿਹਾ ਬੱਚਾ ਉਹ ਨਾ ਫੁੱਲ ਵੇਚਦਾ ਹੁੰਦਾ। ਕੀ ਵੇਚਦਾ ਹੁੰਦਾ? ਕੀ ਵੇਚਦਾ ਹੁੰਦਾ? ਖੇਤਾਂ ਵਿਕਣ ਨਹੀਂ ਤਾਂ ਤੁਸੀਂ ਬੋਲਦੇ ਹੋ, ਕੀ ਬੋਲੋ? ਕੀ ਵੇਚਦਾ ਹੁੰਦਾ? ਫੁੱਲ ਵੇਚਦਾ ਹੁੰਦਾ। ਇਹ ਤੁਹਾਡੇ ਅੱਗੇ ਸੱਜਣ ਪਰਮਾਤਮਾ ਦਾ ਬੰਦਾ ਦੇਖਦਾ ਉਹਦੇ ਨਾ ਪੈਰ ਨੰਗੇ ਆ, ਤੋ ਨੰਗੇ ਪੈਰ ਕਦੇ ਉਹ ਚਾਹੇ ਏਦਾਂ ਖੜਾ ਹੋਵੇ, ਕਦੇ ਉਹ ਏਦਾਂ ਖੜਾ ਹੋਵੇ, ਕੀ ਹੁੰਦਾ? ਪੈਰ ਉਹਦੇ ਸੜਦੇ ਪਏ ਸੀਗੇ। ਉਹਦੇ ਮਨ ਵਿੱਚ ਆਇਆ ਕੁਛ, ਤੇ ਉਹ ਨਾਲ ਦੁਕਾਨ ਤੇ ਗਿਆ, ਦੁਕਾਨ ਤੋਂ ਉਹਨੇ ਬੂਟ ਖਰੀਦੇ ਤੇ ਬੂਟ ਲਿਆ ਕੇ ਉਹਨੇ ਮੁੰਡੇ ਨੂੰ। ਉਹ ਜਦੋਂ ਉਹਨੇ ਬੂਟ ਦਿੱਤੇ, ਉਹਨੂੰ ਬੂਟ ਪਾਏ, ਉਹਨਾਂ ਨੇ ਬਾਅਦ ਚੋ ਉਹਦੀ ਵੱਲ ਦੇਖਿਆ, ਕਹਿੰਦਾ ਤੁਸੀਂ ਭਗਵਾਨ ਹੋ? ਬੰਦਾ ਨਾ ਅੰਦਰ ਕੰਬ ਗਿਆ, ਉਹ ਨਹੀਂ ਨਹੀਂ ਕਹਿੰਦਾ ਭੈਵਾ ਮੈਂ ਭਗਵਾਨ ਨਹੀਂ ਹਾਂ। ਭਗਵਾਨ ਉਹਨੇ ਤੁਹਾਡੇ ਮਹੱਲੇ ਭਗਵਾਨ ਦਾ ਸਹੀ ਤਾਂ ਉਹਨੇ ਕਿਹੜੇ ਭਗਵਾਨ ਦੀ ਗੱਲ ਕੀਤੀ? ਉਹਨੇ ਭਗਵਾਨ ਦੀ ਨਾ ਕਹਿੰਦਾ ਭਗਵਾਨ ਆ, ਉਹ ਬੰਦਾ ਡਰ ਗਿਆ, ਨਹੀਂ ਕਹਿੰਦਾ ਭੈਵਾ ਮੈਂ ਭਗਵਾਨ ਨਹੀਂ ਹਾਂ। ਕਹਿੰਦਾ ਪੱਕਾ ਤੁਸੀਂ ਭਗਵਾਨ ਦੇ ਦੋਸਤ ਹੋ ਨਾ? ਕਹਿੰਦਾ ਕੀ ਹੋਇਆ? ਕੀ ਕਹਿੰਦਾ ਕੱਲ ਰਾਤੀ ਜਦੋਂ ਮੈਂ ਸੌਣ ਲੱਗਾ ਨਾ, ਤੇ ਉਦੋਂ ਮੈਂ ਪਰਮਾਤਮਾ ਨੂੰ ਕਿਹਾ ਸੀਗਾ, ਭਗਵਾਨ ਨੂੰ ਕਿਹਾ ਸੀਗਾ ਕਿ ਜਦੋਂ ਮੈਂ ਉੱਥੇ ਫੁੱਲ ਵੇਚ ਦੇਣਾ ਤੇ ਮੰਦਰ ਦੇ ਬਾਹਰ ਖੜਾ ਹੋ ਕੇ ਵੇਚਣਾ, ਪੈਰ ਉਹ ਸੜਦੇ ਆ, ਮੈਨੂੰ ਚੱਪਲ ਜਾਂ ਬੂਟ ਲੈ ਕੇ ਦੇ। ਤੇ ਅੱਜ ਉਹਨੇ ਬੂਟ ਦੇ ਦਿੱਤੇ। ਇਹ ਗੱਲ ਸੁਣ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤੇ ਜਾਂਦਾ ਜਾਂਦਾ ਬੰਦਾ ਕੀ ਸੋਚਦਾ ਕਿ ਇਸ ਦੁਨੀਆਂ ਦੇ ਉੱਤੇ ਭਗਵਾਨ ਦਾ ਦੋਸਤ ਬਣਨਾ ਕੋਈ ਔਖਾ ਨਹੀਂ ਹੈ।